ਬਾਗਰੂ ਬਾਗਰੂ ਮੇਰਾ ਖਹਿੜਾ ਤੋੜ ਛਡਾਤਾ ਵਿੱਚ ਬਾਗਰੂ ਬੂਗਰੂ ਕੀ ਤੇਰੀ ਅੱਤ ਵਾ, ਗਏ ਨੀ ਤੋੜ ਤਾ ਉਹਦਾ ਬਾਗਰੂ ਬੁੜਾ ਤਾਂ ਅੱਜ ਮੈਨੂੰ ਮਾਰ ਹੀ ਦਿੰਦਾ ਜੇ ਸਿਰ ਚ ਵੱਜਦਾ ਮੈਂ ਤਾਂ ਫੁੜਕ ਕੇ ਡਿੱਗ ਪੈਂਦਾ ਉਹੀ ਨਹੀਂ ਤੂੰ ਵੀ ਦੇਖਿਆ ਕਰ ਇਹੋ ਜਿਹੇ ਕੰਮ ਕਰਨ ਤੋਂ ਪਹਿਲਾਂ ਸੋਚਿਆ ਕਰ। ਨੀ ਕੀ ਸੋਚਣਾ, ਮੈਂ ਆਖਿਆ ਚੱਲ ਉਹ ਡੁੱਬ ਜਾਣਾ ਘਰੇ ਹੈ ਹੀ ਨੀਗਾ, ਬਿਮਾਰੀ ਪੈਣੇ ਨੂੰ ਪਤਾ ਹੀ ਨਹੀਂ ਕਿਹਨੇ ਦੱਸਿਆ ਕਿਹਨੇ ਨਾ ਦੱਸਿਆ। ਆਹ ਫਿਰ ਚਾਚੀ ਕੋਈ ਗੱਟੇ ਦੋ ਗੱਟਿਆਂ ਨਾਲ ਤਾਂ ਪੜਦਾ ਹੋ ਜੇ ਬੰਦਿਆਂ ਤੋਂ, ਹੋਰ ਹੁਣ ਫਿਰ ਤੂੰ ਤਾਂ ਇਕੱਠੇ 10-12 ਚਕਾਤੇ। ਨੀ ਮੈਂ ਆਖਿਆ ਏਡੇ ਬਹੁਲ ਚ ਕੀ ਪਤਾ ਲੈ ਪਤਾ ਲੱਗਦਾ ਕਿਉਂ ਨੀ ਲੱਗ ਰਿਹਾ, ਚਾਰ ਗੱਟਿਆਂ ਦਾ ਨਾ ਆਹਾ ਪਤਾ ਲੱਗੇ। ਅਬ ਬੰਦਿਆਂ ਦੀ ਤਾਂ ਇੰਨੀ ਅੱਖ ਨਾਲ ਚੀਜ਼ ਪਛਾਣ ਦਿੰਦੇ ਨੇ ਵੀ ਸਾਡੀ ਇੰਨੀ ਚੀਜ਼ ਆ ਰਹੀ, ਆ ਸਾਡੇ ਵਾਲਾ ਇੰਨੀ ਚੀਜ਼ ਨਹੀਂ ਹੱਲਣ ਦਿੰਦਾ, ਜੇ ਇੱਕ ਰੋਟੀ ਵੀ ਘੱਟ ਜਾਂਦੀ ਆ ਨਾ ਉਹ ਵੀ ਕਹਿ ਦਿੰਦਾ ਇੰਨੀਆਂ ਲਾਈਆਂ ਸੀ, ਤਾਂ ਸੋਨੂੰ ਕੀ ਪਤਾ ਮੈਂ ਇੰਨੀਆਂ ਰੋਟੀਆਂ ਲਾਈਆਂ ਸੀ, ਸਾਰਾ ਕੁਝ ਜਾਣਦੇ ਨੇ ਜੁੱਲੇ ਨਹੀਂ ਚੌਂਕੇ ਦਾ ਨਾਲ ਮੇਰੀ ਖੇਤ ਗੱਲ ਬੰਨੇ ਦਾ। ਸੁਣ, ਇਹਨਾਂ ਦਾ ਬੁੜਾ ਤਾਂ ਕਾਲਾ ਕਾਂਗਾ, ਪੁੱਛ ਜੇ ਨਾ, ਛੋਟਾ ਬੁੜਾ ਤਾਂ 400 ਇਹ ਤਾਂ ਤੇਰੇ ਸਾਰਾ ਦਿਨ ਪੈੜਾਂ ਕੱਢਦਾ ਤੁਰਿਆ ਹੋਰ ਫਿਰਦਾ ਮੇਰੀ ਗੱਲ ਰਹਿੰਦਾ। ਸੁਣ, ਜਿਹੜੇ ਪੁਰਾਣੇ ਬੰਦੇ ਆ ਨਾ ਉਹਨਾਂ ਦੇ ਤਾਂ ਹੱਥ ਮਿਲੇ ਹੋਏ ਆ ਵੀ ਇੰਨੀ ਚੀਜ਼ ਆ, ਇਹ ਤਾਂ ਹੈਗਾ, ਇਹ ਤਾਂ ਆਈ ਕਰਦਾ, ਇਹ ਤਾਂ ਚਲੋ ਬਾਹਲੇ ਹੱਥ ਛੱਡੋ ਨਹੀਂ ਮਿਲੇ ਉਹ, ਹੋਏ ਆ। ਮੈਨੂੰ ਐ ਦੱਸੋ ਉਹਨਾਂ ਦੀ ਬੁੜੀ ਮਰ ਗਈ ਸੀ, ਅੰਬੂ ਸਾਨੂੰ ਤਾਂ ਰੋਣਾ ਨਹੀਂ ਆਉਂਦਾ, ਸਾਨੂੰ ਰੋਣਾ ਹੀ ਤਾਂ ਕਾਹਦੀ, ਬਸ ਕਰ ਦੇ, ਬਸ ਕਰ ਦੇ, ਮੇਰਾ ਤਾਂ ਅੱਗੇ ਮੂਡ ਖਰਾਬ ਹੋਇਆ ਪਿਆ, ਤੂੰ ਚੜੀ ਚਲੀ ਲਾ ਕੇ ਤੜ ਗਏ। ਕੋਈ ਨਾ ਅੰਬੂ ਦਾ ਮੂਡ ਸੈੱਟ ਹੋ ਜਾਊਗਾ, ਘੋੜ ਜਾਣੀ ਰਣਦੀਪ, ਜੇ ਕੱਲ ਨੂੰ ਅੰਬਾ ਨੂੰ ਕੁਛ ਹੋ ਗਿਆ ਆਪਾਂ ਕਿਵੇਂ ਰੋਇਆ ਕਰਾਂਗੇ ਅਗਲੇ ਦੇ ਜਾ ਕੇ ਉੱਥੇ ਬੈਠ ਕੇ ਉਹਨੂੰ ਚੁੱਕ ਪਹਿਲਾਂ ਅੰਬਾ ਨੂੰ ਕਰਦੇ ਕੁਛ। ਹਾਂ ਮੈਂ ਦੇਖ ਲਾ, ਆ ਮੈਂ ਚਾਜੀ ਮਾਰ ਦਿੰਦਾ, ਮੈਂ ਚਾਜੀ ਮਾਰ ਦਿੰਦਾ, ਮਾਰਦਾ ਸੱਚ ਕੁੰਡਾ। ਕੀ ਪਿਆ ਸੀ ਮੈਂ ਚ ਗਰਮੀ ਤਾਂ ਭੰਨੀ ਪਈ ਸੀਗੀ, ਮੈਂ ਇੱਕ ਕਾ ਦਿਨ ਹੋ ਗਿਆ ਕਲਪਨਾ ਕਰਦੀ ਫਿਰਦੀ ਸੀਗੀ। ਹਜੇ ਪਰ ਭਾਈ ਕੀ ਕਰਦਾ ਅੰਬੋ, ਨਹੀਂ ਤੇ ਪਤਾ ਨਹੀਂ ਕੀ ਗੱਲ ਹੋਗਾ, ਸੁਣ ਮੇਰੀ, ਹਜੇ ਕਿਹੜਾ ਉਹ ਬਾਗੇ ਬਾਰ ਕੇ ਖੜੇ ਹੋਣੇ ਚ ਰੋਣ ਵਜਾ ਇਹਦੇ ਫੇਰ ਫੁਆ ਦੇ ਖੁੰਡੇ। ਆ ਮੈਂ ਫੇਰ ਫੁਆ ਦੇ ਮੇਰੀ ਗੱਲ ਸੁਣ, ਫੇਰ ਪਾਸੇ ਹੋ ਜਾਨੀ ਐ ਤੂੰ। ਨਹੀਂ ਮੇਰੀ ਗੱਲ ਸੁਣ, ਕੱਲ ਨੂੰ ਚੱਲਾਂਗੇ ਤੜਕੀ, ਆਹੋ 10 ਵਜੇ ਕੰਮ ਧੰਦਾ ਨਿਬੇੜ ਲਈ ਛੇਤੀ ਆ ਜਾਣੀ ਚਾਚੀ ਚੱਲੀ ਗਈ। ਚੱਲ ਭਾਈ ਜਾਉਣਗਾ ਬਸ ਦੇ ਰਹੋ, ਜਿਨ੍ਹਾਂ ਨੇ ਮੇਰਾ ਖੜਾ ਛਡਾਤਾ ਹੁਣ ਇਦੋਂ ਬਾਅਦ ਨਹੀਂ ਛਡਾਉਂਦਾ। ਸਾਰੀ ਸਾਂਭ ਕੇ ਰੱਖਿਆ ਕਰੋ, ਮੈਂ ਤੇ ਚੜ ਜਾਈਂ ਜੀਬ ਸਾਂਭ ਕੇ, ਥੋੜੀ ਤਾਂ ਇੱਡੀ ਆ ਮੇਰੇ ਤਾਂ ਫੇਰ ਵੀ ਇੱਡੀ ਕਾ ਭੱਗ ਜਾ, ਸਾਰੇ ਨਾ ਵੱਧ ਤਾਂ ਤੇਰੀ ਜੀਬ ਚੱਲਦੀ ਆ। ਚੱਲ ਚਾਚੀ ਉਹ ਮੂੰਹ ਖਾ ਲੈਗੀ, ਉਹਨੇ ਤਾਂ ਖੋਸੜੇ ਜਾਂ ਮੂਹਰੇ ਨਾ ਹੁੰਦੀ ਰੋਲਾ ਪਾ ਕੇ ਨਾ ਛਡਾਉਂਦੀ। ਹਾਂ ਇਹਦੇ ਵੀ ਖਾਦੀ ਲੰਬੀ ਲੱਗੀ ਆ, ਕਹਿੰਦੀ ਜੇ ਜ਼ਬਾਨ ਚੱਲਦਾ ਤਾਂ ਸੱਤ ਹਾਲ ਜਾਵੇ। ਲੈ ਸਾਰਾ ਦਿਨ ਨਾ ਭਾਂਡੇ ਨਹੀਂ ਮੁੱਕਦੇ, ਹਲੇ ਕਹਿ ਦਿੰਦਾ ਤੂੰ ਕੀ ਕੰਮ ਕਰਦੀ। ਮਾਂਜ ਲੈ, ਹਾਂ ਬਿੰਦਰੇ ਮਾਂਜ ਲੈ, ਨੀ ਤੂੰ ਕਿੱਧਰ ਤਿਆਰ ਜੇ ਹੋਈ ਫਿਰਦੀ ਆ? ਮੈਂ ਤਾਂ ਤੇਰੇ ਕੋਲ ਹੀ ਆਈ ਸੀ। ਅੱਛਾ ਹਾਂ, ਕੋਈ ਕੰਮ ਸੀਗਾ? ਕੰਮ ਸੀ ਬਸ। ਨੀ ਥੱਲੇ ਨਾ ਬੈਠ ਪੈਣੇ, ਆ ਪਈ ਆ ਕੁਰਸੀ, ਕੁਰਸੀ ਚੱਕ ਲਿਆ। ਮੈਂ ਇਥੋਂ ਆਏ ਨੀ ਗਏ ਕੱਲ ਦੀ ਤੋਂ, ਮੈਂ ਕਿਹਾ ਦੇਖ ਕੱਲ ਕਿੰਨਾ ਜਲੂਸ ਕੱਢਿਆ ਨੀ ਚਾਚੀ ਨੇ ਤਾਂ। ਨੀ ਪੁੱਛਣਾ ਭੈਣੇ, ਸਾਰੇ ਆਂਢ ਗਵਾਂਢ ਚ ਗੱਲਾਂ ਹੋਈ ਜਾਂਦੀਆਂ ਤੇ ਹੋਰ ਨੀ, ਇਹ ਸਾਰਾ ਵਾਧਾ ਵਧਾਇਆ ਚਾਚੀ ਜਿੰਨੀ ਹੈਗੀ ਆ ਫੱਟੜੀਆਂ ਦੀ ਫੇਟ। ਤੇ ਫਿਰ ਉਹੀ ਗੱਲ, ਜਿਹੜਾ ਚੋਰੀ ਕਰੀ ਉਹਨੇ ਵਾਧਾ ਵਧਾਇਆ, ਕਿਉਂ ਚੋਰੀ ਕਰੀ ਇਹਨੇ? ਵੀ ਤੂੰ ਲੋਕਾਂ ਦੇ ਘਰੇ ਲੁਕਦੀ ਫਿਰਦੀ ਆ, ਕਦੇ ਤੂੰ ਸਾਡੇ ਘਰੇ ਆ ਗਈ, ਕਦੇ ਤੂੰ ਉਹਨਾਂ ਦੇ ਘਰੇ ਵਾਗੀ। ਵੀ ਤੂੰ ਘਰੀ ਬੁੜੇ ਨੂੰ ਦੱਸ ਦੇ ਵੀ ਭਾਈ ਮੈਥੋਂ ਤਾਂ ਜਿਹੜੀ ਹੋਣ ਵਾਲੀ ਹੋ ਗਈ। ਬੁੜਾ ਤਾਂ ਉਹਨੇ ਬਾਹਰ ਨੀ ਟੱਪਣ ਦਿੱਤਾ, ਪਹਿਲਾਂ ਚੱਕਾਤੇ 10 ਗੱਟੇ। ਨਹੀਂ ਛੱਡ ਪਰਾਂ ਉਹ ਗੱਲਾਂ ਦੀ, ਕੀ ਟੈਨਸ਼ਨ ਲੈਣੀ ਆ, ਕੋਈ ਹੋਰ ਗੱਲ ਸੁਣਾ ਹੁਣ। ਹੋਰ ਗੱਲ ਕਿਸ ਨਾਮ ਤੇ, ਉਹਦਾ ਜਲ ਕੁਰਤਾ ਕੁੜਮ ਮਰ ਗਿਆ ਤੈਨੂੰ ਪਤਾ? ਮੈਂ ਮਰ ਜਾ, ਮਰ ਗਿਆ ਕੁੜੇ ਉਹਦਾ ਕੁੜਮ ਹੋਰ ਮਰ ਗਿਆ। ਲੈ ਭੈਣ ਮੈਂ ਤਾਂ ਸੂਟ ਵੀ ਨਹੀਂ ਲਿਆਂਦਾ, ਭੋਗ ਤੇ ਜਾਣਾ ਪਊਗਾ। ਜਾਵਾਂਗਾ ਭੋਗ ਤੇ ਤਾਂ ਹੋਰ। ਅੱਛਾ ਨਹੀਂ ਪਹਿਲਾਂ ਜਾ ਤਾਂ ਆਉਂਦੇ ਕੁੜੇ, ਆ ਗਈ ਉਹ? ਆ ਗਈ ਅੱਜ ਉਹ, ਅੱਜ ਆ ਗਈ। ਚਲ ਮੈਂ ਐਂ ਕਰਦੀ ਆ ਫਿਰ ਭਾਂਡੇ ਜੇ ਮਾਂਜ ਕੇ ਨਾਲ ਲੈ ਕੇ ਉਹਨੂੰ ਚਾਚੀ ਨੂੰ, ਆਪਾਂ ਬੈਠੀ ਆਉਂਦੇ ਕੁੜੇ ਮਾਂਜ ਲਾ ਭਾਂਡੇ ਫਿਰ। ਹਾਂ ਚੱਲ ਮੈਂ ਤਾਂ ਹੀ ਉਹ ਕਰਦੀ ਹਾਂ, ਮੈਂ ਚੱਲਦੀ ਆ। ਤੈਨੂੰ ਪਤਾ ਗਾ ਆ ਸਾਡੇ ਵਾਲੇ ਨੇ ਤਾਂ ਹੁਣ ਸਕੰਜਾ ਕਸ ਰੱਖਿਆ ਮੇਰੇ ਤੇ ਵੀ। ਨੀ ਮੈਨੂੰ ਤਾਂ ਹੀ ਟੈਨਸ਼ਨ ਲੱਗੀ ਪਈ ਆ ਵੀ ਕਿਵੇਂ ਹੁਣ ਆਪਾਂ ਕਿਸੇ ਦੇ ਬੁੜੇ ਬੁੜੀ ਦੇ ਭੋਗ ਤੇ ਜਾਵਾਂਗੇ। ਨੀ ਰਹਿਣ ਦੇ, ਨੀ ਰਹਿਣ ਦੇ, ਕਿਹੜਾ ਤੇਰੇ ਤੇ ਸਕੰਜਾ ਕਸਿਆਗਾ, ਕੁਛ ਨੀ ਕਹਿੰਦਾ ਪਾਲੀ। ਨੀ ਕਹਿੰਦਾ ਕਿਉਂ ਨੀ ਇੰਨੀਏ, ਮੈਨੂੰ ਤਾਂ ਟੈਨਸ਼ਨ ਲੱਗੀ ਪਈ ਆ, ਜੇ ਤਾਂ ਅਗਲੇ ਦੇ ਨਹੀਂ ਜਾਂਦੇ ਤਾਂ ਵੀ ਮਰ ਗਏ, ਜੇ ਜਾਂਦੇ ਆ ਤਾਂ ਵੀ ਮਰ ਗਏ, ਹੁਣ ਪੜਾਇਆ ਜੇ ਆਪਾਂ ਨਾ ਜਾਵਾਂਗੇ ਉਹਨਾਂ ਦੇ ਘਰੇ ਬੈਠਣ ਹਨਾ, ਤੇ ਫਿਰ ਮੂੰਹ ਨੀ ਮਾ ਸਾਰੀ ਉਮਰ ਲਈ ਹੋ ਜਾਂਦਾ, ਹੋ ਜਾਂਦਾ ਅਗਲੀ ਜਰਕ ਦੇਣੇ ਸੁਣਾ ਦਿੰਦੀ ਆ ਵੀ ਮੇਰਾ ਕੁੜਮ ਮਰ ਗਿਆ ਸੀ ਤੇ ਤੂੰ ਬੈਠਣ ਨੀ ਆਈ। ਹਾਂ
ਨਾ ਚੱਲਾਂਗਾ, ਤੂੰ ਮਾਂਜਦੇ ਭਾਂਡੇ ਆਪਾਂ ਚੱਲ ਵੜਦੇ ਆਂ। ਚੱਲਾਂਗਾ ਕਿਹਦੇ ਨਾਲ, ਚਾਚੀ ਨੂੰ ਤਾਂ ਹੁਣ ਕੀ ਪਤਾ ਚਾਚਾ ਨਿਕਲਣ ਦੇਊਗਾ ਘਰੋਂ ਕਿ ਨਾ। ਆ ਗਈ ਫਲਾਤੋ, ਚਾਚੀ ਤੋਂ ਹੀ ਸੁਣ ਕੇ ਆਈ ਆ ਮੈਂ। ਨੀ ਥੱਲੇ ਕਾਹਨੂੰ ਬਹਿਗੀ, ਕੋਈ ਇੱਟ ਲੈ ਲਾਂਦੀ ਇੱਥੋਂ। ਇੱਥੇ ਦਿਖੀ ਨਹੀਂ ਹੈਗੀ, ਬਹਿਗੀ ਹੁਣ ਮੈਂ। ਗਲੀ ਚ ਫਿਰਦੀ ਸੀ ਚਾਚੀ ਕਹਿੰਦੀ, ਮੈਂ ਕਿਹਾ ਜਲਕੁਰ ਦਾ ਕੁੜਮ ਮਰ ਗਿਆ। ਮੈਨੂੰ ਚਾਚੀ ਨੇ ਦੱਸਿਆ, ਚਾਚੀ ਤੋਂ ਤਾਂ ਪੁੱਛ ਕੇ ਆਈ ਆ। ਇਹ ਕਾਹਨੂੰ ਟਿਕਦੀ ਆ ਲੈ। ਕਿਉਂ ਮੈਂ ਸੱਚ ਨੀ ਕਹਿੰਦੀ ਵੀ ਉਹ ਟਿਕਣ ਟੁਕਣ ਵਾਲਾ ਜੋ ਨਹੀਂ ਹੈਗੀ, ਉਹ ਤਾਂ ਉਹੀ ਇੱਕ ਦੀਆਂ ਚਾਰ ਖੰਭਾਂ ਦੇ ਡਾਰਾ ਬਣਾਉਣ ਵਾਲੀ ਆ। ਨੀ ਚੱਲ ਖੰਭਾਂ ਦੀਆਂ ਡਾਰਾਂ ਤਾਂ ਬਣਾਉਣ ਵਾਲੀ ਆ, ਹੁਣ ਐ ਸੋਚੋ ਵੀ ਜਲਕੁਰ ਦੇ ਕੁੜਮ ਦੇ ਬੈਠਣ ਕਿਵੇਂ ਜਾਵਾਂਗੇ। ਅੰਬਰ ਨੂੰ ਲੈ ਕੇ ਲੈ, ਅੰਬੋ ਨੂੰ ਕੀ ਪਤਾ, ਹੁਣ ਅੰਬੋ ਨੂੰ ਬਾਬਾ ਦੇਖੀ ਡਾਂਗਾ ਨਾਲ। ਕੁਛ ਨਹੀਂ ਕਹਿੰਦਾ, ਕੁਛ ਨਹੀਂ ਕਹਿੰਦਾ, ਮੈਨੂੰ ਪਤਾ ਹੈ ਮੈਂ ਸਾਰੀ ਬੜਕ ਲੈ ਕੇ ਆਈ ਹਾਂ। ਆਪਾਂ ਅੰਬੋ ਨੂੰ ਸੜਾ ਸਕਦੇ ਆਂ, ਉਹਦੇ ਜੁੱਤੀਆਂ ਪਹਿਲਾਂ ਪਵਾ ਸਕਦੇ ਆਂ, ਫਿਰ ਉਹਨੂੰ ਸੜਾ ਸਕਦੇ ਆਂ, ਹੈਂ ਫਿਰ ਆਪਾਂ ਉਹਨੂੰ ਨਾਲ ਕਿਉਂ ਨਹੀਂ ਲਿਜਾ ਸਕਦੇ। ਦੇਖ ਲੈ ਨੀ, ਮੈਨੂੰ ਤਾਂ ਹਾਸੀ ਆਉਂਦੀ ਆ ਕਹੇ ਜੀਆਂ ਗੱਲਾਂ। ਨਹੀਂ ਆ ਫੱਟੜੀਆਂ ਦੀ ਫੇਟ ਤੂੰ ਐ, ਤੂੰ ਬਾਹਲਾ ਨਾ ਬੋਲਿਆ ਕਰਨੀ ਸੀ ਵੱਡੀਆਂ ਹੈਗੀਆਂ। ਨਹੀਂ ਮੇਰੀ ਗੱਲ ਸੁਣ ਭੈਣੇ, ਆ ਹੁਣ ਜੇ ਬਾਬਾ ਬੁੱਬਾ ਤੈਨੂੰ ਕੋਈ ਗੱਲ ਪੁੱਛਣ ਲੱਗਾ, ਐਵੇਂ ਨਾ ਭਾਸੜ ਭਾਂਡੇ ਵਾਂਗੂ ਗੱਲ ਕੱਢਦੀ ਕੋਈ। ਦੇਖ ਰਣਦੀਪ, ਇਹ ਗੱਲ ਗਲਤ, ਜੇ ਅਗਲਾ ਮੈਨੂੰ ਇੱਕ ਕਹੂ ਮੈਂ ਤਾਂ ਚਾਰ ਸੁਣਾਉ ਲੈ। ਹੁਣ ਜੇ ਸਾਡੇ ਵਾਲਾ ਆ ਗਿਆ ਇੱਥੇ, ਆਪ ਐ ਨੀ ਪਤਾ ਛਿੱਤਰਾਂ ਨਾਲ ਡੈ ਜੇ। ਆਕੂ ਭਾਂਡੇ ਤਾਂ ਸਾਰੇ ਆ ਪਏ, ਇਹਨਾਂ ਨੇ ਤਾਂ ਮੇਲਾ ਲਾ ਰੱਖਿਆ ਗਾ। ਕੋਈ ਨਾ ਭਾਂਡੇ ਧਵਾ ਦਾਂਗੇ ਤੇਰੇ ਨਾਲ, ਤੂੰ ਜਾਣ ਵਾਲੀ ਬਣ। ਨੀ ਉਹ ਅੰਬੋ ਕੇ ਬੈਠਣ ਨੀ ਜਾਣਾ, ਨੀ ਜਾਣਾ, ਨੀ ਉਹਨਾਂ ਦੀ ਬੁੜੀ ਤਾਂ ਸੰਦ ਵਿਚਾਲੇ ਪਈ ਆ, ਹੁਣ ਆ ਜਲਕੁਰ ਦਾ ਕੁੜਮ ਮਰ ਗਿਆ। ਕੋਈ ਨਾ ਭੋਗ ਦਾ, ਭੈਣੇ ਮੇਰੀ ਗੱਲ ਸੁਣ ਮਨਪ੍ਰੀਤ, ਭੋਗ ਆਪਾਂ ਨੂੰ ਆ ਗਏ ਦੋ, ਹੁਣ ਕੀ ਪਤਾ, ਹੁਣ ਉਹਦੇ ਕੁੜਮ ਤਾਂ ਤਕੜੇ ਨੇ, ਉਹ ਤਾਂ ਮੈਨੂੰ ਲੱਗਦਾ ਗੁਲਾਬ ਜਾਮਣਾ ਪਕਾਉਣਗੇ, ਇਹਨਾਂ ਦੀ ਤਾਂ ਜਲੇਬੀਆਂ ਹੋਣਗੀਆਂ। ਕੁਛ ਨੀ ਹੁੰਦਾ, ਜਲੇਬੀਆਂ ਵੀ ਖਾਵਾਂਗੇ ਆਪਾਂ, ਗੁਲਾਬ ਜਾਮਣਾ ਵੀ ਖਾਵਾਂਗੇ, ਤੂੰ ਟੈਨਸ਼ਨ ਨਾ ਲੈ। ਬਸ ਗੱਲ ਇਹ ਹੈ ਵੀ ਇਹ ਤਾਂ ਪਿੰਡ ਦਾ ਕੰਮ ਆ, ਇੱਥੇ ਤਾਂ ਆਪਾਂ ਕੋਈ ਸੂਟ ਪਹਿਲਾਂ ਵਾਲਾ ਵੀ ਪਾ ਜਾਂਗੇ। ਹੋਰ ਉਹ ਤਾਂ ਕੁੜਮਾਚਾਰੀ ਦਾ ਕੰਮ ਆ ਭੈਣੇ, ਉੱਥੇ ਤਾਂ ਸੂਟ ਕੋਈ ਘੈਂਟ ਪਾ ਕੇ ਜਾਣਾ ਪਊਗਾ। ਕਹੇ ਜਾ ਲਈਏ ਨੀ ਹੁਣ, ਫਿਰ ਨਹੀਂ ਚੁਕਾ ਦੋ ਇੱਕ ਇੱਕ ਗੱਟਾ, ਇੱਕ ਇੱਕ ਗੱਟਾ ਤੁਸੀਂ ਚੁਕਾ ਦੋ। ਓ ਬਾਬਾ ਨਹੀਂ ਹੈਗਾ ਮੇਰੇ ਵਾਲਾ ਤਾਂ ਮਾਰ ਮਾਰ ਤੂੰ ਸਕੜ ਦੂਗਾ। ਨਹੀਂ ਬਸ ਕਰ ਜਾ, ਤੈਨੂੰ ਬੋਲਣ ਸਿਕਾਉਂਦੀ ਆ। ਆਹੋ ਸਾਡੇ ਵਾਲੇ ਨੇ ਤਾਂ ਕਹਿੰਦੇ ਕੋਈ ਗੱਟਾ ਹੀ ਨਹੀਂ ਰੱਖਿਆ, ਸਾਰਿਆਂ ਦੀਆਂ ਪੱਲੀਆਂ ਬਣਾਉਣੀਆਂ ਦੇ ਆਏ ਆ, ਹੁਣ ਤਾਂ ਇਤਕੀ ਮੈਥੋਂ ਵੀ ਨਹੀਂ ਬਣਵਾਈਆਂ, ਤੇ ਮੈਂ ਕਾਚ ਪਾ ਕੇ ਵੇਚੂੰਗੀ। ਚੱਲ ਕੋਈ ਨਹੀਂ, ਚਲੋ ਢੋਲ ਨੂੰ ਹੱਥ ਨਹੀਂ ਲਾਉਣ ਦਿੰਦਾ। ਨਹੀਂ ਸਾਰਾ ਛੱਡੋ, ਤੂੰ ਸੂਟਾਂ ਦਾ ਤਾਂ ਹੋ ਜੂ ਹੱਲ, ਕਿੱਥੋਂ ਉਹਨਾਂ ਦੇ ਬੈਠਣ ਚੱਲ ਗਏ, ਭਾਂਡੇ ਮਾਂਜ ਆਪਾਂ ਬੈਠਣ ਚੱਲ ਗਏ ਉਹਨਾਂ ਦੇ। ਆ ਜਾ ਤਬਾ ਉਹ ਭਾਂਡੇ ਮੇਰਾ, ਚਾਚੀ ਨੂੰ ਕੀ ਕਹਿਣਾ, ਆਪਾਂ ਇਹ ਕਰਦੇ ਆ ਆਪਾਂ ਚੱਲਦੇ ਆ ਅੰਬੋ ਕੋਲੇ, ਜਦੋਂ ਅੰਬੋ ਆਪਦੇ ਸੂਟਾਂ ਦਾ ਹੱਲ ਕਰ ਲੈਂਦੀ ਆ ਆਪਣਾ ਦਾ ਵੀ ਕਰਕੇ ਹੁਣ ਕਰਕੇ ਦੇਊਗੀ ਉਹ ਤੈਨੂੰ। ਆ ਕਰ ਦੂਗੀ, ਨਹੀਂ ਬਥੇਰਾ ਕਰ ਦੂਗੀ ਉਹ ਅੰਬੋ ਅੰਬੋ। ਮੈਂ ਤੈਨੂੰ ਨੀ ਅੰਬੋ ਉਹਦੇ ਤਾਂ ਆਖਿਆ ਸੀ ਤੈਨੂੰ ਉਹ ਹੱਲ ਕਰ ਦਾਂਦੀ, ਹੁਣ ਨੀ ਕਰਦੀ ਕੁਰਦੀ, ਉਹ ਤਾਂ ਆਸ ਨਾ ਰੱਖੀ। ਅੰਬੋ ਆਪੇ ਕਰਕੇ ਦਊ, ਐਨੇ ਕ ਖੌਸੜੇ ਉਹਦੇ ਨਾ ਪੈਣਾ, ਉਹ ਵੀ ਖੜਦੀ ਨਹੀਂ ਹੈਗੀ ਫਿਰ। ਨੀ ਚੰਗਾ, ਮੇਰੇ ਤਾਂ ਭਾਂਡੇ ਵੀ ਛੜਾਤੇ ਭੈਣੇ, ਹੁਣ ਉਹਨਾਂ ਦੀ ਬੁੜੀ ਦੇ ਪਹਿਲਾਂ ਬੈਠ। ਚੰਗਾ ਫਿਰ ਜਦੋਂ ਜਾਏਂਗੀ ਮੈਨੂੰ ਆਵਾਜ਼ ਮਾਰ ਲੈਂਗੀ। ਪਹਿਲਾਂ ਐ ਦੱਸ ਉਹ ਜਿਹਨਾਂ ਦੀ ਬੁੜੀ ਮਰੀ ਉਹਨਾਂ ਦੇ ਜਾਣਾ ਕਿ ਜਲ ਕੁਰਕੇ ਜਾਣਾ ਪਹਿਲਾਂ? ਦੋਹੇ ਕਰੀ ਜਾ ਆਵਾਂਗੇ ਪਹਿਲਾਂ ਉਹਨਾਂ ਦੀ, ਜਿਹਨਾਂ ਦੀ ਬੁੜੀ ਮਰੀ ਆ। ਕੁੜੀਏ ਪਿੰਡ ਦਾ ਕੰਮ ਆ। ਹਾਂ ਹਾਂ ਇਹ ਤਾਂ ਹੈਗਾ, ਅੰਬੋ ਕੋਲ ਤਾਂ ਬਾਅਦ ਵੀ ਪਾ ਗਈ। ਨਹੀਂ ਸੱਚ, ਨੀ ਉਹਨਾਂ ਦੀ ਬੁੜੀ ਦਾ ਭੋਗ ਕਿੱਦੇ ਆ ਤੇ ਜਲਕੁਰ ਦੇ ਕੁੜਮ ਦਾ ਭੋਗ ਕਿੱਦੇ ਹੋਊਗਾ? ਨਹੀਂ ਉਹ ਤਾਂ ਹਜੇ ਨਹੀਂ ਪਤਾ ਹੈ। ਨਹੀਂ ਉਹ ਤਾਂ ਮਰੇ ਹੀ ਕੱਲ ਆ ਜਲਕੁਰ ਦਾ ਕੁੜਮ, ਤਾਂ ਅੱਜ ਆਈਏ ਜਲਕੁਰ ਉਹਦੇ ਫੁੱਲ ਚਗਾ ਕੇ, ਤੇ ਉਹਨਾਂ ਦੀ ਬੁੜੀ ਦਾ ਭੋਗ ਖਾਣੀ ਸ਼ੁੱਕਰਵਾਰ ਦਾ ਖਾਣੀ ਵੀਰਵਾਰ ਦਾ। ਨਹੀਂ ਐ ਕਰੋ, ਤਿਆਰ ਹੋ ਜਾ ਕੇ, ਮੈਂ ਆ ਗਈ ਆ ਚਾਰ ਭਾਂਡੇ ਮਾਂਜ ਕੇ। ਨਹੀਂ ਤਿਆਰ ਕਰਨ ਨੂੰ ਕੀ ਸੁਰਖੀ ਲਾਉਣੀ ਆ, ਉਹ ਲਾ ਕੇ ਮਾਈ ਚਾਰ ਭਾਂਡੇ ਨੇ ਲੈ। ਮੈਂ ਤਾਂ ਤਿਆਰ ਹੱਥ ਤੋਂ ਲੰਗੜਾ ਏ, ਨਹੀਂ ਤੜਕੇ ਦੇ ਭਾਂਡੇ ਪੈ ਨੇ ਮੈਨੂੰ ਗਾਲਾਂ ਦੇ ਜਾ। ਕੁਛ ਨਹੀਂ, ਮੈਂ ਤਾਂ ਤਿਆਰ ਹੋ ਕੇ ਆਈ ਆ। ਇਹ ਤਾਂ ਪੱਕੀਆਂ ਹੋਣੀਆਂ, ਪੁੱਛ ਨਾ ਹੜਦੀਆਂ ਨਹੀਂ ਪਤੰਦਰਨੀਆਂ। ਨੀ ਜੇ ਆ ਗਿਆ ਮੈਨੂੰ ਆਖੂਆ ਭਾਂਡਿਆਂ ਦਾ ਬਾਜ਼ਾਰ। ਕੁਛ ਨਹੀਂ ਕਹਿੰਦਾ, ਆ ਜਾ। ਨਾ ਚਲ ਉਹਨਾਂ ਦੇ ਬੈਠੀ ਅੱਗੇ। ਹਾਂ ਚੰਦਕੁਰ, ਉਹ ਚੰਦਕੁਰ ਤੂੰ ਆ ਲੀੜੇ ਕੱਪੜੇ ਜਿਹੇ ਕਿਵੇਂ ਪਾ ਲੇ? ਕੀ ਪਾ ਲੇ ਲੀੜੇ ਕੱਪੜੇ? ਹਾਂ
ਬੜੀ ਤੂੰ ਤਾਂ ਤਿਆਰ ਬਿਆਰ ਹੋਈ ਫਿਰਦੀ ਆ। ਉਹ ਜਲਕੁਰ ਦਾ ਕੁੜਮ ਮੁੱਕ ਗਿਆ। ਜਲਕੁਰ ਦਾ ਕੁੜਮ ਮੁੱਕ ਗਿਆ? ਹਾਂ, ਨਵਾਂ ਸੁਨੇਹਾ ਆਇਆ ਹੈ। ਹੋਰ ਨਵਾਂ ਸੁਨੇਹਾ ਆਇਆ ਗਾ ਤੇ ਅਸੀਂ ਉਹਨਾਂ ਦੇ ਬੈਠਣ ਜਾਣਗਾ। ਅੱਛਾ, ਤੇ ਇੱਕ ਉਹਨਾਂ ਦੀ ਆਹ ਜਿਹੜੀ ਬੁੜੀ ਮਰੀ ਹੈਗੀ ਉਹਨਾਂ ਦੇ ਜਾਣਗਾ। ਅੱਛਾ, ਹੁਣ ਤਾਂ ਇੱਥੋਂ ਤਾਂ ਫਿਰ ਸਾਰੇ ਪਿੰਡ ਦਾ ਕੰਮ ਇਹੀ ਲੋਟ ਆਊ ਹੁਣ, ਹਨਾ? ਹੋਰ ਜੇ ਕਿਸੇ ਦੇ ਨਹੀਂ ਜਾਂਦੇ ਉਦੋਂ ਅੱਖ ਨੀਵੀਂ ਰਹਿੰਦੀ ਆ ਭੈਣ ਭਾਈ ਦੇ, ਜੇ ਵਗ ਜਾਂਦੇ ਫਿਰ ਤੂੰ ਉਹੀ ਗੱਲ ਸੌ ਗੱਲ ਸੁਣਾਉਣਾਗਾ। ਸੌ ਗੱਲ ਉਹੀ ਤਾਂ ਗੱਲ ਹੈ, ਉਹ ਘਰ ਦਾ ਮੱਝਾਂ ਦਾ ਪਾਣੀ ਪਿਉਣ ਦਾ ਟਾਈਮ ਹੈ ਤੇ ਤੂੰ ਚੱਲ ਪਈ ਸਿਰ ਤੇ ਚੁੰਨੀ ਲੈ ਕੇ ਬੂਟੀਆਂ ਵਾਲੀ ਵੀ ਮੈਂ ਉਹਨਾਂ ਦੇ ਬੈਠਣ ਜਾਣੀ ਆ। ਤੇ ਤੂੰ ਕਾਹਦੇ ਵਾਸਤੇ ਤੂੰ ਪਿਆ ਦੇ, ਸਾਰਾ ਦਿਨ ਨਹੀਂ ਉੱਠਦਾ ਮੰਜੇ ਤੇ ਮੌਜ ਨਾਲ ਧਰ ਲੈਣਾ ਸਰਾਣੇ ਖੁੰਡਾ। ਅੱਛਾ, ਹੁਣ ਸਾਰੀ ਹੁਣ ਮੈਂ ਸਾਰੀ ਉਮਰ ਮੈਂ ਹੀ ਕਰੀ ਜਾਵਾਂ, ਤੁਸੀਂ ਨਾ ਹੱਥ ਬਟਾਇਓ। ਤੇ ਤੈਨੂੰ ਕੀ ਹੋਇਆਗਾ, ਢੱਠੇ ਵਰਗਾ ਪਿਆਗਾ ਖੁੰਡਾ ਚੱਕਣ ਨੂੰ ਕਿਵੇਂ ਹੋ ਜਾਣਾਗਾ? ਅਹੀਂ ਤਾਂ ਮੈਂ ਕਹਿੰਦਾ ਵੀ ਹੁਣ ਤੂੰ ਮੈਨੂੰ ਗੁੱਸਾ ਨਾ ਚੜਾ ਦੀ, ਜਾ ਜਾਇਆ ਜਿਹਦੇ ਜਾਨੀ ਆ ਤੇ ਛੇਤੀ ਮੁੜਿਆ। ਲਾ ਲਿਆ ਕਰ ਕਿਸੇ ਵੇਲੇ ਹੱਥ ਕੰਮ ਨੂੰ, ਸਾਰਾ ਦਿਨ ਪੈਰ ਬੋਚ ਕੇ ਬੈਠਾ ਰਹਿਣਾ ਤੇਰੇ ਵਾਂਗੂ ਨਹੀਂ ਮੈਂ ਸੁੱਖ। ਸਾਰਾ ਦਿਨ ਮੇਰੇ ਚ ਨਿਗਾਹ ਰੱਖਿਆ ਕਰ, ਕਿੱਧਰ ਜਾਂਦੀ ਆ ਕਿੱਧਰ ਆਉਂਦੀ ਆ ਜਾਂਦੀ ਆ ਤੜਕੇ, ਅੱਜ ਕਿਹਦਾ ਭੋਗ ਹੈ, ਅੱਜ ਕਿਹਦੇ ਨਾਲ ਮਕਾਨ ਜਾਣਾ, ਸਾਰਿਆਂ ਨੂੰ ਉਂਗਲਾਂ ਤੇ ਗਿਣਦੀ ਰਹਿੰਦੀ ਹੈ। ਹੁਣ ਵਿਆਹ ਜਿੰਨਾ ਚਾਹ ਚੜਿਆ ਪਿਆ ਤਾਂ ਦੇਖ ਲੈ ਸੱਚ, ਉਹ ਬਾਰ ਦਾ ਕਹਿ ਕੇ ਜਾਂਦੀ ਆ ਵੀ ਉਹ ਬਾਰ ਖੁੱਲਾ ਪਿਆਗਾ। ਹੁਣ ਮੁੜੇ ਜੀ ਮੈਂ ਤੈਨੂੰ ਆ ਜਾਂਦੀ ਸੀ, ਮਖਾਂ ਬਾਰ ਖੁੱਲਾ ਪਿਆਗਾ ਤੇ ਉਹ ਬਾਹਰ ਜੜਦੀ ਮਖਾ, ਨਾਲੇ ਪਸ਼ੂਆਂ ਬੰਨੀ ਹੋ ਜੀ ਮਾੜਾ ਜਾ ਜਵਾਕ ਘਰੇ ਹੋਈ ਨੀ ਗੇ। ਇਹਦਾ ਮਤਲਬ ਤਾਂ ਤੂੰ ਚਿਰ ਲਾ ਕੇ ਆਏਗੀ। ਪਰ ਹੁਣ ਚਿਰ ਤਾਂ ਲੱਗ ਹੀ ਜਾਂਦਾ, ਦੋ ਘਰਾਂ ਦੇ ਜਾਣਾਗਾ। ਆਹੋ, ਤੈਨੂੰ ਤਾਂ ਮਸਾ ਟਾਈਮ ਮਿਲਦਾ। ਮਸਾ ਕੀ ਟਾਈਮ ਮਿਲਦਾ? ਸਤਿ ਸ੍ਰੀ ਅਕਾਲ ਭਾਈ। ਹਾਂ ਜਿਉਂਦੀ ਰਹੇ ਭਾਈ, ਜਿਉਂਦੀ ਰਹੇ, ਸਾਬਾਸ਼ੀ। ਹਾਂ ਭਾਈ ਜਿਉਂਦੀ ਰਹੇ, ਸਾਬਾਸ਼ੀ, ਪਰਮਾਤਮਾ ਬੜਾ ਦੇ। ਕਿਵੇਂ ਆ ਵਿੰਦਰੇ? ਆ ਜਾ ਉਹਨਾਂ ਨੂੰ ਚੱਲ ਕੇ ਮਾਂ ਜੀ। ਹੋਰ ਮੈਂ ਦੱਸੀ ਜਾਂਦੀ ਸੀ ਤੇਰੇ ਬਾਬੇ ਨੂੰ, ਜਾਉਂਦੀ ਰਹੇ ਭਾਈ, ਬਸ ਜਿਹੜਾ ਮਹਾਰਾਜ ਬੜਾ ਦੇਵੇ। ਅੱਛਾ, ਹੁਣ ਤੁਸੀਂ ਸਾਰੀਆਂ ਉਹਨਾਂ ਦੇ ਜਾਣੇ ਹੋ ਹੈ? ਹਾਂ, ਉਹਨਾਂ ਨੂੰ ਜਾਣੇਗਾ ਅਸੀਂ। ਚੱਲ ਬੈਠਣ ਜਾਣੇਗਾ। ਮੈਨੂੰ ਤਾਂ ਬੈਣ ਵੀ ਦੱਸਦੀ ਹੋਊ ਵੀ ਐ ਪਾਲੋ ਐ ਪਾਲੋ, ਕਿਉਂ ਮੈਨੂੰ ਪਤਾ ਨਹੀਂ ਵੀ ਆਉਂਦਾ ਕਿਸੇ ਨੂੰ। ਸਾਡੀ ਤਾਂ ਸੱਸ ਹੁੰਦੀ ਆ ਫੇ ਉਹ ਜਾਂਦੀ ਨਾਲ। ਆਹੋ, ਫੇ ਤੇਰਾ ਬਾਪ ਤਾਂ ਕਿਉਂ ਕਹਾਉਂਦਾ ਇਹ ਜੇ ਇਹਨਾਂ ਦੇ ਘਰੇ ਬੁੜੀ ਹੁੰਦੀ ਕੋ ਚਾਣੀ। ਚੱਲ ਚੰਗਾ ਚੰਗਾ ਜਾਓ। ਆਹੋ, ਪਾਇਓ ਮੇਰੀ ਗੱਲ ਸੁਣ, ਸਾਰੇ ਆਂਢ ਗਵਾਂਢ ਤੋਂ ਚਾਚੀ ਕੋਈ ਵੱਡੀ ਆ, ਇਹੀ ਸਿਆਣੀ ਬੁੜੀ ਆ। ਹੁਣ ਜੇ ਮੈਂ ਨਾ ਮੂਹਰੇ ਲੱਗ ਕੇ ਜਾਊਂਗੀ ਇਹਨਾਂ ਦੇ, ਕੌਣ ਜਾਊਗਾ ਜਵਾਖੜੀਆਂ ਦੇ ਮੂਹਰੇ ਲੱਗ ਕੇ? ਨਹੀਂ ਆਉਂਦੀ ਵੀ ਤੁਸੀਂ ਇਹਨੂੰ ਸਿਆਣੀ ਕਹਿੰਦੇ ਹੋ, ਇਹ ਆ ਸਿਆਣੀ ਹੈ? ਲੱਗਿਆ ਮੈਨੂੰ ਕੀ ਹੋਇਆ ਸਿਆਣੀ ਨੂੰ? ਹੁਣ ਤੁਸੀਂ ਵੀ ਲਾ ਦੇ ਗੱਲਾਂ ਕਰਦਾ। ਮੇਰੇ ਜਿੰਨੀ ਸਿਆਣੀ ਹੁੰਦੀ ਫੇਰ ਅਸੀਂ ਇਹੋ ਜਿਹੇ ਨੀ ਸੀ ਰਹਿੰਦੇ, ਅੱਜ ਨੂੰ ਬਹੁਤ ਦਿਨ ਬਦਲ ਜਾਂਦੇ। ਮੇਰੇ ਜਿੰਨੀ ਤਾਂ ਉਹੀ ਸਿਆਣੀ ਇਹ। ਚਾਚਾ ਆ ਤੇਰੇ ਨਾਲ ਕੱਟੀ ਵੀ ਜਾਂਦੀ ਆ, ਅੱਡੇ ਅੱਡ ਬਸਵਾ ਦੇ ਬੰਦੇ ਨਾਲ। ਚਾਚੀ ਚੱਲ ਚੰਗਾ, ਛੇਤੀ ਮੁੜ ਆਇਓ। ਪਾਨੀ ਨਾ ਮਾਰ, ਹੁਣ ਇਹ ਪਾਨੀ ਨੀ ਚੱਲਦੀ ਤੁਹਾਡੀ। ਨੱਕੀ ਮੱਥਾ ਮਾਰਨਾ, ਇਹ ਤਾਂ ਸਾਰਾ ਦਿਨ ਲੜਾਈ ਭਾਲਦਾ। ਇਹ ਤਾਂ ਖੁੰਡ ਦੀ ਕਰਾਮਾਤ ਹੈ, ਜੇ ਇਹ ਖੁੰਡਾ ਨਾ ਹੁੰਦਾ ਤਾਂ ਇਹ ਅੱਜ ਨੂੰ ਭੱਜ ਵੀ ਜਾਂਦੀ। ਇਹ ਤਾਂ ਬਸ ਇਸੇ ਦੀ ਮਿਹਰਬਾਨੀ ਹੈ ਜਿਹੜੀ ਇਹ ਤੋਂ ਡਰਦੀ ਰਹੀ ਹੈ ਤੇ ਮੇਰਾ ਪਾਣੀ ਭਰਦੀ ਹੈ ਇਹ। ਨਹੀਂ ਚਾਚੀ, ਤੂੰ ਤਾਂ ਤਕੜੀ ਬਗੀ ਜਿਹੜੀ ਇਹ ਜਿਹੇ ਅੜ ਬੁਬੜੇ ਨਾਲ ਕੱਟ ਗਈ। ਨਹੀਂ ਭਾਈ ਪੁੱਛਣਾ, ਮੈਂ ਤਾਂ ਨਾ ਜਨਾ ਮਸਾਂ ਟਾਈਮ ਪਾਸ ਕਰਿਆਗਾ, ਜੇ ਮੈਂ ਨਾ ਬੋਲਦੀ ਹੁੰਦੀ ਨਾ ਬਸ ਇਹ ਮੈਨੂੰ ਕਿੱਥੇ ਰਹਿਣ ਦਿੰਦਾ ਸੀ ਘਰੇ? ਇਹ ਤਾਂ ਮੈਂ ਆਪਦੇ ਦਮ ਤੇ ਟਾਈਮ ਕੱਢਿਆਗਾ। ਹੈ ਚਾਚੀ, ਜਿੱਦਾਂ ਦੀ ਤੂੰ ਆਈ ਆ ਖੁੰਡਾ ਜਾਂ ਉਹਦੇ ਦਾ ਹੀ ਇਹਦੇ ਕੋਲ? ਨਹੀਂ ਭੈਣ, ਇਹਦੇ ਕੋਲ ਤਾਂ ਉਹਦੇ ਦਾ ਹੀ ਆ ਬਿੰਦਰੇ ਖੁੰਡਾ। ਹਾਂ, ਖੁੰਡੇ ਨਾਲ ਹੀ ਡਰਾਈ ਜਾਂਦਾ ਤੈਨੂੰ ਤਾਂ। ਚਾਚੀ
ਬੇਚਾਰਾ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਸੀਗਾ ਤਾਂ ਬਾਹਲਾ ਚੰਗਾ ਸੀਗਾ। ਹੋਰ ਇਹ ਤਾਂ ਚੁੱਲ੍ਹੇ ਚ ਪਾਉਣ ਵਾਲਾ ਗਾ, ਉਹ ਚੁੱਲ੍ਹੇ ਚ ਪਾਉਣ ਵਾਲੀ ਸੀ ਬੁੜੀ ਸਾਡੀ। ਅੱਛਾ ਆਹੋ, ਮਤਾ ਮਸਾਂ ਟਾਈਮ ਕੱਢਿਆ ਇਹਨਾਂ ਨਾਲ। ਹਾਏ ਮਨਪ੍ਰੀਤ, ਮਖਾ ਇਹਦੇ ਪੇਕਿਆਂ ਨੇ ਵੀ ਕੀ ਰੱਖਿਆ, ਕਿੱਥੇ ਚਾਚਾ ਤੇ ਕਿੱਥੇ ਚਾਚੀ। ਨਹੀਂ ਪੁੱਛਣਾ ਭੈਣੇ ਕੀ ਕਰਾਂ ਫੇਰ ਹੁਣ। ਕੀ ਦੇਖ ਲਿਆ ਉਹਨਾਂ ਨੇ? ਜ਼ਮੀਨ ਦੇਖੀ, ਜ਼ਮੀਨ ਬੁੜੇ ਕੋਲੇ 70 ਕਿੱਡੇ ਜ਼ਮੀਨ ਦੇ ਤੀ। ਨੀ ਪਹਿਲਾਂ ਲੋਕ ਜ਼ਮੀਨ ਹੀ ਦੇਖਦੇ ਸੀ, ਇੰਨਾ ਖਾਣਾ ਦੇਂਦੇ ਨਹੀਂ ਸੀ। ਹੋਰ ਜਿੰਨੀ ਦੇ ਕੇ ਬਸ ਲਵੇਟ ਕੇ ਤੋੜ ਦਿੰਦੇ। ਇੰਨਾ ਖਾਣਾ ਤਾਂ ਨਹੀਂ ਇਹਨਾਂ ਦਾ ਸਜਾਖਾ ਦਾ। ਨਹੀਂ ਅੱਗੇ ਦੇਂਦੇ ਨਹੀਂ ਸੀ ਨਾ ਕੁਛ ਜਮਾਂ ਨਹੀਂ। ਨਾ ਤਾਂ ਕਿ ਪਹਿਲਾਂ ਸੀਗਾ ਸਵਾ। ਇਹਨੂੰ ਕੁਛ ਮਰਜ਼ੀ ਕਹੀ ਜਾਓ, ਪਰ ਜਵਾਨੀ ਪਹਿਰੇ ਬਾਬਾ ਵੀ ਘੈਂਟ ਹੀ ਹੋਣਾ ਹੈ ਨਾ ਬੇਬੇ? ਨਹੀਂ ਬਥੇਰਾ ਘੈਂਟ ਸੀ ਭਾਈ। ਤੇਰੇ ਪੈਰ ਨੂੰ ਖੁੰਡਾ ਪਾਉਣ ਨੂੰ ਤਿਆਰ ਹੋ ਜਾਂਦਾ, ਉੱਥੇ ਤੈਨੂੰ ਕੀ ਦੱਸ ਦੇਣਾ? ਪਹਿਲਾਂ ਗੱਲ ਕਰਨੀ ਸੀ। ਚੱਲ ਚਾਚੀ ਰੋ ਲੂਗੀ, ਆਪਾਂ ਚੁੱਪ ਕਰਕੇ ਬਹਿ ਜਾਾਂਗੇ। ਚੱਲ ਮਨਾ, ਇਹ ਦੇਖ ਕੇ ਤਾਂ ਵੀ ਚਾਰੇ ਇਕੱਠੀਆਂ ਹੋ ਕੇ ਜਾਂਦੀਆਂ ਕਿੱਥੇ ਨੇ, ਇਹ ਤਾਂ ਖੜੀਆਂ ਨੇ ਗੱਲਾਂ ਮਾਰੀ ਜਾਂਦੀਆਂ। ਉਹ ਬਾਗਜੋ ਹੁਣ ਖੜੀਆਂ ਕੀ ਗੱਲਾਂ ਮਾਰੀ ਜਾਂਦੀਆਂ? ਉੱਥੇ ਘਰ ਦੇ ਕੰਮ ਕਰਨੇ ਆ ਕੇ ਕਿ ਨਹੀਂ? ਜਾਵੜੋ ਜਿੱਥੇ ਜਾਂਦੀ ਹੋ, ਖੜੀਆਂ ਦੇਖ ਲੈ ਕਿਵੇਂ ਗੱਲਾਂ ਕਰਦੀਆਂ ਨੇ। ਆ ਜਾ ਆ ਜਾ, ਆਜੋ ਨਹੀਂ ਆ ਫਰਨੀਚਰ ਦੇਖ ਕੇ ਜਾਈਏ ਨਹੀਂ ਮੇਰੇ? ਨਹੀਂ ਆਜੋ ਦੇਖ ਲੋ, ਹੋਣਾ ਸਿੱਖ ਲਾ ਨਹੀਂ ਫੇਰ ਸਿੱਖ ਖੜ ਜਾ। ਨਹੀਂ ਬਾਬਾ ਮਗਰ ਆਜੂਗਾ? ਨਹੀਂ ਆਉਂਦਾ, ਨਹੀਂ ਆਉਂਦਾ। ਹਾਂ ਕੀ ਸੋਹਣਾ ਸਮਾਨ ਆ, ਸੋਹਣਾ ਬੜਾ ਸੋਹਣਾ ਸਮਾਨ ਪਿਆ। ਇਹ ਤਾਂ ਲੌਕ ਲੱਗਿਆ ਪਿਆ ਗਾ। ਆਜੋ ਨਹੀਂ ਆਜੋ, ਕੋਈ ਦੇਖ ਲੂਗਾ। ਆਜੋ ਆਜੋ, ਨਹੀਂ ਆਜੋ, ਨਹੀਂ ਆਜੋ, ਆ ਜਾ ਨਹੀਂ ਆ ਜਾ। ਨਹੀਂ ਬੁੜਾ ਆਜੂਗਾ ਮਾਗਰ ਸਾਡਾ, ਨਹੀਂ ਬੁੜਾ ਸਾਡਾ ਮਾਗਰ ਦੱਸ ਕੇ ਅੰਬ ਲੈਣ ਆਊਗਾ। ਹਾਏ ਹਾਏ, ਨਹੀਂ ਹੁਣ ਉਹਨਾਂ ਦੇ ਬੈਠਣ ਤਾਂ ਜਾਣੋ, ਹੁਣ ਫਿਰ ਮਾੜਾ ਮੋਟਾ ਸੋਨੂੰ ਕੁਛ ਆਉਂਦਾ ਵੀ ਆ? ਕੁਛ ਨਹੀਂ ਆਉਂਦਾ ਵੀ, ਸਾਨੂੰ ਕੀ ਆਉਂਦਾ? ਅੰਬ ਸਿਖਾ ਦੇ ਕਿੱਧਰ ਹੀ ਕਹੀ ਜਾਨੀ ਆ ਇੱਕ ਅੱਧਾ ਤੈਨੂੰ ਕਲਾਸ ਹੀ ਲਾ ਲਾ। ਫਿਰ ਇੱਥੇ ਬੈਠ ਕੇ ਬਿੰਦ ਕੇ ਸੋਨੂੰ ਦੱਸ ਦਿੰਨੀ ਇੱਕ ਅੱਧੀ ਗੱਲ ਇੱਥੇ ਬਹਿ ਜਾ, ਰੂੜੀ ਕਰੀ ਜੇ ਨਹੀਂ ਬੁੜੀ ਨੂੰ ਰੋਣਾ ਸਿੱਖੋ। ਹੁਣ ਮੈਂ ਤੈਨੂੰ ਹਾਂ ਘੁੰਡ ਜਾ ਕੱਢ ਲੈ, ਤੂੰ ਘੁੰਡ ਜਾ, ਤੂੰ ਆਏ ਕਹੀ ਮੈਨੂੰ ਬਾਂਜਣ ਬਾਲ ਗਏ ਅਮੜ ਗਏ, ਬਾਂਜਣ ਵਾਲ ਗਏ ਅਮੜ ਗਏ ਕਹੀ ਮਾਂਜਣਾ ਵਾਲੀਏ ਮਾਂਜਣਾ ਵਾਲੀਏ ਮਾਂਜਣਾ ਵਾਲੀਏ।
ਮੈਨੂੰ ਤਾਂ ਆਪ ਨੀ ਆਉਂਦਾ ਜਲੇਬੀਆਂ ਖੋਲੀਆਂ ਗੁਲਾਬ ਜਾਮਣਾ ਖੋਲੀਆਂ ਚੁਗੜੀਆਂ ਕਰਦੀਆਂ ਉਹਨਾਂ ਵਾਸਤੇ ਜਾਂਦੀਆਂ ਨੇ ਚਾਚੀ 100 ਸਾਲ ਦੀ ਹੋ ਗਈ ਮੇਰੀ ਮੈਨੂੰ ਸਿਖਾ ਦੋ ਇਹ ਕੀ ਬਹਿਣ ਜੇ ਪਾਈ ਜਾਂਦੀਆਂ ਦਿਨਾਂ ਇਹਨਾਂ ਨੂੰ ਤਨੇ ਸੀ ਰੋ ਕਿਵੇਂ ਰੋਮਾ ਮੈਨੂੰ ਬੰਜ ਨਾਲ ਗਿਆ ਵੜ ਕੇ ਮੇਰਾ ਕੋਠੀ ਦਾ ਜਿੰਦਾ ਸੀ ਰਹਿਣ ਦੋ ਬਾਗਰੂ ਦੇਖ ਲੈ ਇੱਥੇ ਰਾਹਾਂ ਚ ਹੀ ਲੱਗੀਆਂ ਪਈਆਂ ਸਾਡਾ ਭਗਵਾਨ ਨੇ ਠਹਿਰ ਜਾ ਕਰਿਆ ਗੁੱਟੇ ਗੋਡੇ ਤੋੜ ਕੇ ਹਟ ਮੈਨੂੰ ਬਹੁਤ ਪਾਇਆ ਮੈਨੂੰ ਤੂੰ ਬਹੁਤ ਤੰਗ ਅਰੇ ਹੋ ਜਾ ਕਰ ਕੁੜੀਆ ਤੂੰ ਪਰੇ ਹੋ ਜਾ ਅੱਜ ਮੈਨੂੰ ਲਾ ਹੀ ਦੇਣ ਦੇ ਬਹੁਤ ਤੰਗ ਕਰਿਆ ਦਲੀਤ ਕੌਰ USA ਤੋਂ ਕੁਲਵਿੰਦਰ ਕੌਰ ਬੱਪੀਆ ਦਾ ਪੇਂਡੂ ਲੋਕ PV ਕੱਤੀ ਰਸ਼ਮਿੰਦਰ ਕੌਰ ਅਭੀ ਬਰਾੜ ਕਰਨਵੀਰ ਸੁਖਵੀਰ ਸੁੱਖੀ ਜਸਪ੍ਰੀਤ ਕੌਰ ਰਾਣੀ ਚੰਦ ਮਾਨ ਗੁਰੂ ਦੇਵਦਾਸ ਅੰਮ੍ਰਿਤਪਾਲ ਸਿੰਘ ਮਾਨ ਅਰਮਾਨ ਸਿੰਘ ਹਰਦੀਪ ਕੌਰ ਟਾਲੀਵਾਲ ਗੁਰਦੀਪ ਸਿੰਘ ਦਿਓ ਨਾਮ ਤੋਂ ਦੀਪਾ ਦਰਸ਼ਨ ਸਿੰਘ ਸੀਮਾ ਈਤ ਸਿੰਘ ਦਰਸ਼ਨ ਸਿੰਘ ਝਰੀਰ ਤੋਂ ਨੈਬ ਸਿੰਘ ਜਗਸੀਰ ਸਿੰਘ ਜਸਵੀਰ ਕੌਰ ਹੈਰੀ ਸੋਹਲ ਗੁਰਮੀਤ ਸਿੰਘ ਸੁਖਵੀਰ ਸ਼ੇਖਪੁਰਾ ਤੋਂ ਜੱਗੀ ਸਿੰਘ ਜਗਦੀਪ ਸਿੰਘ ਬਰਨਾਲਾ ਤੋਂ ਅਰਸ਼ਦੀਪ ਸ਼ਰਮਾ ਅਮਰ ਸਿੰਘ ਪਟਿਆਲਾ ਤੋਂ ਮਨਜੀਤ ਕੌਰ ਸਿੱਧੂ ਕਰਮਜੀਤ ਕੌਰ ਮੰਦਰ ਸਿੰਘ ਸੁਖਦੇਵ ਸਿੰਘ ਬਰਾੜ ਸਾਹਿਲ ਸਿੱਧੂ ਨਵਦੀਪ ਰਾਮਗੜੀਆ ਜਸਵੰਤ ਲੋਹਤ ਬਲਵੀਰ ਕੌਰ ਬਾਠ ਵਿਕਰਮ ਸੋਮਲ ਸੋਮਲ ਦਲਜੀਤ ਪੰਡੇਰ ਮਨਪ੍ਰੀਤ ਕੌਰ ਚਰਨ ਸਿੰਘ ਗੁਰਦੀਪ ਕੌਰ ਜਗਦੀਸ਼ ਗਰੋਵਰ ਮਨੀਸ਼ਾ ਗਰਗ ਸੀਤਾ ਰਾਣੀ ਬਲਵੀਰ ਸਿੰਘ ਸੁਖਜੀਤ ਕੌਰ ਪਰਵੇਨ ਸ਼ਾਹ ਪਾਕਿਸਤਾਨ ਤੋਂ ਗੁਰਅਰਸ਼ਦੀਪ ਸਿੰਘ ਹਾਂਜੀ ਇਹ ਸਾਡੀ ਪਹਿਲਾਂ ਵਾਲੀ ਵੀਡੀਓ 'ਤੇ ਕਮੈਂਟ ਦੇ ਨਾਮ ਨੇ
ਅੱਗੇ ਤੋਂ ਤੁਸੀਂ ਵੀ ਸਾਨੂੰ ਵਧੀਆ ਵਧੀਆ ਕਮੈਂਟਸ ਕਰਿਆ ਕਰੋ, ਤੁਹਾਨੂੰ ਵਾਲੀ ਵੀਡੀਓ ਵਿੱਚ ਅਸੀਂ ਤੁਹਾਡੇ ਵੀ ਨਾਮ ਜ਼ਰੂਰ ਬੋਲਾਂਗੇ ਜੀ। ਜਿਹਨਾਂ ਦੇ ਨਾਮ ਇਸ ਵੀਡੀਓ ਵਿੱਚ ਬੋਲਣ ਵਾਲੇ ਰਹਿ ਗਏ ਉਹਨਾਂ ਦੇ ਨਾਮ ਅਸੀਂ ਅਗਲੀ ਵੀਡੀਓ ਵਿੱਚ ਜ਼ਰੂਰ ਬੋਲਾਂਗੇ ਜੀ। ਹਾਂਜੀ, ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ, ਅਤੇ ਸਾਡੇ ਸਿੱਧੂ ਪੰਜਾਬ ਟੀਵੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ। ਹਾਂਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ, ਅਤੇ ਸਾਡੇ ਇੰਸਟਾਗ੍ਰਾਮ ਪੇਜ ਸਿੱਧੂ ਪੰਜਾਬ ਟੀਵੀ ਨੂੰ ਵੀ ਜ਼ਰੂਰ ਫੋਲੋ ਕਰਿਓ, ਅਤੇ ਸਾਡੇ ਫੇਸਬੁੱਕ ਪੇਜ ਸਿੱਧੂ ਪੰਜਾਬ ਟੀਵੀ ਨੂੰ ਵੀ ਜ਼ਰੂਰ ਫੋਲੋ ਕਰਿਓ, ਉਹਦੇ ਸਾਡੀ ਵੀਡੀਓ ਦੇ ਰਿਲੇਟਡ ਤੁਹਾਨੂੰ ਹਰ ਇੱਕ ਅਪਡੇਟ ਮਿਲੇਗੀ ਜੀ।